ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਦੇ ਅਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਅੱਜ 6 ਫਰਵਰੀ ਰਾਤ ਦੀ ਗੱਲ ਕਰਾਂਗੇ ਕਿ ਅੱਜ ਦੇਰ ਸ਼ਾਮ ਲਗਭਗ 7 ਵਜੇ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮ ਦੀ ਹਾਲ ਚੱਲੇ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਸੋ ਮੌਸਮ ਫਿਲਹਾਲ ਸਾਫ਼ ਹੈ ਖੁਸ਼ਕ ਬਣਿਆ ਹੋਇਆ ਬੱਦਲ ਵਹੀ ਰਹਤਾ ਹੈ ਦਿਨ ਵੇਲੇ ਵੀ ਚੰਗੀ ਧੁੱਪ ਲੱਗੀ ਆ ਪਰ ਨਾਲ ਠੰਡੀਆਂ ਛੀਤ ਉੱਤਰ ਪੱਛਮੀ ਹਵਾਵਾਂ ਵਗਦੀਆਂ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਧੁੱਪ ਲੱਗਣ ਦੇ ਬਾਵਜੂਦ ਵੀ ਇਹੜਾ ਠੰਡ ਦਾ ਮਾਹੌਲ ਆ ਥੋੜਾ ਜਿਹਾ ਬਣਿਆ ਰਿਹਾ ਹੈ ਟੈਂਪਰੇਚਰ ਹਾਲਾ ਕਿ 18-20 ਡਿਗਰੀ ਤੱਕ ਪਹੁੰਚੇ ਨੇ ਵੱਧੇ ਵੱਧੋ ਵੱਧ ਤਾਪਮਨ ਪੰਜਾਬ ਦੇ ਪਰ ਹਵਾਵਾਂ ਠੰਡੀਆਂ ਹੋਣ ਕਰਕੇ ਜਿਹੜੀ ਠੰਡ ਕਾ ਉਹ ਹਾਲੇ ਵਰਕਰਾ ਰਿਹਾ ਰਾਤ ਦੀ ਗੱਲ ਕਰੀਏ ਮੌਸਮ ਅੱਧੀ ਰਾਤ ਤੱਕ ਠੀਕ ਹੈ ਲਗਭਗ ਸਵੇਰ ਦੇ 3-4 ਵਜੇ ਤੜਕੇ ਸਮੇਂ ਤੱਕ ਮੌਸਮ ਠੀਕ ਰਹੇਗਾ ਪਰ 4-5 ਵਜੇ ਤੋਂ ਬਾਅਦ ਪੰਜਾਬ ਦਾ ਜਿਹੜਾ ਦੱਖਣ ਪੱਛਮੀ ਹਿੱਸਾ ਹੈ ਜਿਹਦੇ ਜਿਹੜੇ ਹਰਿਆਣੇ ਦੇ ਨੇੜੇ ਸੌਰੀ ਹਰਿਆਣੇ Rajasthan ਦੇ ਸਾਂਝੇ ਖੇਤਰਾਂ ਨੇੜਲੇ ਇਲਾਕੇ ਜਿਵੇਂ ਫਾਜ਼ਿਲਕਾ ਫਰੀਦਕੋਟ ਮੁਕਸਰ ਸਾਹਿਬ ਹੋ ਗਿਆ ਕੁਝ ਬਠਿੰਡੇ ਦੇ ਇਲਾਕੇ ਹੋਗੇ ਤੇ ਇੱਕ ਦੋ ਮਾਨਸੇ ਦੇ ਭਾਗ ਤੇ ਇਸ ਤੋਂ ਲਗਾ ਫਰੋਜਪੁਰ ਦੇ ਇਲਾਕੇ ਹੋਗੇ ਕੁਝ ਮੋਗੇ ਜ਼ਿਲ੍ਹੇ ਦੇ ਭਾਗ ਬਰਨਾਲਾ ਇਹ ਜਿਹੜਾ ਇਲਾਕਾ ਪੈ ਜਾਂਦਾ ਹੈ ਇਸ ਇਲਾਕੇ ਦੇ ਵਿੱਚ ਕੱਲ ਤੜਕੇ ਤੇ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਬੱਦਲ ਵਾਹੀ ਦੇਖਣ ਨੂੰ ਮਿਲੂਗੀ ਤੇ ਜਿਹੜੇ ਚੱਲਦੇ ਇਹਨਾਂ ਭਾਗਾਂ ਵਿੱਚ ਥੋੜਾ ਬਹੁਤ ਕਿਣਮਣ ਦੇ ਅਸਰ ਬਣ ਸਕਦੇ ਨੇ ਕੱਲ ਨੂੰ ਸਵੇਰ ਦੇ ਸਮੇਂ ਜਿਹੜੇ ਆਪਾਂ 4-5 ਜ਼ਿਲ੍ਹੇ ਦੱਸੇ ਨੇ ਇਹਨਾਂ ਇਲਾਕਿਆਂ ਵਿੱਚ ਮੌਸਮ ਬਦਲ ਸਕਦਾ ਹੈ ਥੋੜੀ ਬਹੁਤ ਕਿਣਮਣ ਹੋ ਸਕਦੀ ਹੈ ਕਾਰਨ ਹੈ ਕਿ ਪੱਛਮੀ ਪਾਸੇ ਇੱਕ ਸਿਸਟਮ ਆ ਰਿਹਾ ਹੈ ਹਲਕੇ ਪੱਧਰ ਦਾ ਜਿਹੜਾ ਕਿ ਰਾਜਸਥਾਨ ਨੂੰ ਪ੍ਰਭਾਵਿਤ ਕਰੇਗਾ ਥੋੜਾ ਬਹੁਤ ਨਾਲ ਜਿਹੜਾ ਪੰਜਾਬ ਦਾ ਥੋੜਾ ਬਹੁਤ ਦੱਖਣ ਪੱਛਮੀ ਹਿੱਸਾ ਪੈ ਜਾਂਦਾ ਮਾਲਵੇ ਦਾ ਉਸ ਇਲਾਕੇ ਦੇ ਵਿੱਚ ਥੋੜੇ ਬਹੁਤ ਕਿਣਮਣ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਕੁਝ ਹਿੱਸਿਆਂ ਵਿੱਚ ਬਾਕੀ ਰਾਤ ਦੇ ਸਮੇਂ ਮੌਸਮ ਠੀਕ-ਠਾਕ ਹੈ ਹਵਾਵਾਂ ਲਗਾਤਾਰ ਚਲਦੀਆਂ ਰਹਿਣਗੀਆਂ ਤੇ ਨਾਲ ਹੀ ਕੱਲ ਸਵੇਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਕੋਰੇ ਦਾ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਨੇ ਜਿਵੇਂ ਕਿ ਹਲਕਾ-ਫੁਲਕਾ ਕੋਰਾ ਅੱਜ ਵੀ ਕੁਝ ਖੇਤਰਾਂ ਵਿੱਚ ਪਿਆ ਤੇ ਕੱਲ ਨੂੰ ਵੀ ਕੋਰੇ ਦੇ ਹਾਲਾਤ ਬਣੇ ਰਹਿਣਗੇ ਤੇ ਆਉਂਦੇ 2-3 ਦਿਨ ਪੰਜਾਬ ਵਿੱਚ ਕੋਰੇ ਪੈਣ ਦੇ ਜਿਹੜੇ ਅਸਾਰ ਨੇ ਉਹ ਬਣੇ ਹੋਏ ਨੇ ਕਾਰਨ ਹੈ ਕਿ ਅਸਮਾਨ ਬਿਲਕੁਲ ਸਾਫ਼ ਬਣਿਆ ਹੋਇਆ ਹੈ ਟੈਂਪਰੇਚਰ ਠੰਡੀਆਂ ਹਵਾਵਾਂ ਚੱਲਣ ਕਰਕੇ ਰਾਤ ਦੇ ਡਿੱਗ ਰਹੇ ਨੇ ਸੋ ਠੰਡੀਆਂ ਹਵਾਵਾਂ ਚੱਲ ਰਹੀਆਂ ਸ਼ੀਤ ਸੋ ਜਿਹੇ ਦੇ ਵਿੱਚ ਕੋਰਾ ਪੈਣ ਦੇ ਜਿਹੜੇ ਅਸਾਰ ਨੇ ਉਹ ਬਣ ਤੇ ਬਾਕੀ ਕੱਲ ਸਵੇਰ ਨੂੰ ਕੱਲ ਸਵੇਰ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਕਿ ਇਹ ਜਿਹੜਾ ਸਿਸਟਮ ਆ ਰਿਹਾ ਹੈ ਇਹਦੇ ਚੱਲਦੇ ਹੋਰ ਕਿਹੜੇ ਜ਼ਿਲ੍ਹਿਆਂ ਵਿੱਚ ਕੀ ਮੌਸਮ ਦੀ ਹਲਚਲ ਆ ਰਹੀ ਹੈ